ਦੋ ਦਿਨ ਪਹਿਲਾਂ ਹੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਉਹ ਕਹਿੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਪੰਜਾਬ ਵਿੱਚੋਂ ਖਤਮ ਹੋਣਾ ਸਿੱਖ ਕੌਮ ਅਤੇ ਦੇਸ਼ ਦੇ ਲਈ ਹਾਨੀਕਾਰਕ ਹੈ ਐਸੇ ਜਵਾਬ ਵਿੱਚ ਪਿਤੰਪੂਰਾ ਤੋਂ ਜਸਮੀਤ ਸਿੰਘ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਜਿਸ ਵਿੱਚ ਉਹ ਗਿਆਨੀ ਹਰਪ੍ਰੀਤ ਸਿੰਘ ਜੀ ਉੱਤੇ ਤਿੱਖੇ ਤੰਜ਼ ਕਾਸਦੇ ਹੋਏ ਕਹਿੰਦੇ ਨੇ ਕਿ ਜਦੋਂ ਅਸੀਂ ਕਹਿ ਰਹੇ ਸੀ ਕਿ ਬਾਦਲ ਪਰਿਵਾਰ ਸ਼ਹੀਦਾਂ ਦੀ ਪਾਵਨ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਨੂੰ ਬਰਬਾਦ ਕਰ ਰਹੇ ਨੇ ਤਾਂ ਆਪ ਜੀ ਸਮਝਣਾ ਨਹੀਂ ਸੀ ਚਾਹੁੰਦੇ ਹੁਣ ਜਦ ਪਿਓ ਪੁੱਤ ਨੇ ਚੰਨ ਚਾੜ ਤੇ ਤਾਂ ਮੀਡੀਆ ਮੂਰੇ ਜਾ ਕੇ ਹਾੜੇ ਕੱਢ ਰਹੇ ਹੋ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਕਦੇ ਨਹੀਂ ਹਾਰਿਆ ਨਾ ਹਾਰੇਗਾ ਇਹ ਜੋ ਹਾਰ ਹੋਈ ਹੈ ਉਹ ਬਾਦਲ ਪਰਿਵਾਰ ਦੀ ਹੋਈ ਹੈ ਨਾ ਨਹੀਂ ਕਹਿੰਦੇ ਨੇ ਕਿ ਅਕਾਲੀ ਦਲ ਔਰ ਜਥੇਬੰਦੀ ਹੈ ਜੋ ਨੁਮਾਇੰਦਗੀ ਕਰਦੀ ਹੈ ਪੰਥ ਦੀ ਕੋਈ ਉਸ ਨੂੰ ਹਰਾ ਨਹੀਂ ਸਕਦਾ ਆਪ ਸੁਣਦੇ ਹਾਂ ਹੋਰ ਕੀ ਕੁਝ ਕਿਹਾ ਜਸਮੀਤ ਸਿੰਘ ਪਿਤੰਪੁਰਾਨੀ ਸਾਹਾ ਸੰਗਤ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਅੱਜ ਆਪ ਜੀ ਦੇ ਸਾਹਮਣੇ ਫਿਰ ਆਪਣੇ ਦਿਲ ਦੇ ਬਲਬਲੇ ਲੈ ਕੇ ਆਇਆ ਕਿੰਨਾ ਵੱਡਾ ਸਾਡਾ ਪੰਜਾਬ ਹੁੰਦਾ ਸੀਗਾ ਦਿੱਲੀ ਬਾਰਡਰ ਤੋਂ ਲੈ ਕੇ ਅਫਗਾਨਿਸਤਾਨ ਤੱਕ ਪੰਜਾਬ ਹੁੰਦਾ ਸੀਗਾ ਪਰ ਅੱਜ ਉਹ ਪੰਜਾਬ ਜਿਹੜਾ ਸਿਕੁਰਿਟੀ ਕੇ ਰਹਿ ਗਿਆ ਉਹ ਵੀ ਸਿਕੜਿਆ ਪੰਜਾਬ ਸਾਢੇ 7 ਤੋਂ ਚਲਾ ਗਿਆ ਅੱਜ ਜੋ ਸਾਡਾ ਇੰਨਾ ਜਿਹਾ ਪੰਜਾਬ ਜਿਹੜਾ ਬਚਿਆ ਸੀਗਾ ਉਹ ਵੀ ਸਾਢੇ 7 ਤੋਂ ਚਲਾ ਗਿਆ ਜਿਹੜਾ ਪੰਜਾਬ ਸਿੱਖਾਂ ਦੀ ਪਗਵਲ ਵੇਖਦਾ ਸੀਗਾ ਸਿੱਖਾਂ ਦੇ ਦਿਲਵਲ ਵੇਖਦਾ ਸੀਗਾ ਅਕਾਲ ਤਖਤ ਤੇ ਵੇਖਦਾ ਸੀਗਾ ਅੱਜ ਉਸ ਪੰਜਾਬ ਦਿੱਲੀ ਵੱਲ ਵੇਖ ਰਿਹਾ ਕਿ ਕਦ ਮੇਰੇ ਵਾਸਤੇ ਆਰਡਰ ਆਏਗਾ ਪਰ ਜਦ ਐਨਾ ਖੂਬ ਸੋਚਣ ਤੋਂ ਬਾਅਦ ਕਿ ਸਾਡੇ ਹੱਥੋਂ ਪੰਜਾਬ ਕਿਉਂ ਚਲਾ ਗਿਆ ਐ ਸਭ ਸੋਚ ਰਿਆ ਸੀਗਾ ਤੇ ਮੇਰੇ ਮਨ ਦੇ ਵਿੱਚ ਇੱਕ ਹੀ ਜਵਾਬ ਆਇਆ ਕਿ ਅੱਜ ਵੀ ਪੰਜਾਬ ਦਾ ਜਿਹੜਾ ਸਿੱਖ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜਾ ਹੈ ਤੇ ਮੈਂ ਆ ਚਾਹੇ ਪੰਜਾਬ ਦਾ ਸਿੱਖ ਹੈ ਚਾਹੇ ਦੁਨੀਆ ਪਰਦਾ ਸਿੱਖ ਹੈ ਅੱਜ ਵੀ ਉਹ ਅਕਾਲੀ ਦਲ ਦੇ ਨਾਲ ਖੜਾ ਹੈ ਕਿਉਂਕਿ ਕਾਲੇ ਦਲ ਸ਼ਹੀਦਾਈ ਜਿੱਥੇ ਬੰਦੀ ਹੈ ਪਰ ਸ਼੍ਰੋਮਣੀ ਅਕਾਲੀ ਦਲ ਨੂੰ ਨੁਕਸਾਨ ਕਿੱਥੇ ਹੋਇਆ ਕਿਉਂ ਆਪ ਪਾਰਟੀ ਤੋਂ ਸ਼੍ਰੋਮਣੀ ਅਕਾਲੀ ਦਲ ਹਾਰ ਗਿਆ ਸਿਰਫ ਤੇ ਸਿਰਫ ਬਾਦਲ ਪਾਰਟੀ ਬਾਦਲ ਪਰਿਵਾਰ ਕਰਕੇ ਜਿਨ੍ਹਾਂ ਨੇ ਇੱਕ ਸ਼੍ਰੋਮਣੀ ਅਕਾਲੀ ਦਲ ਜਿਹੜਾ ਸ਼ੀਦਾਇ ਜਿੱਥੇ ਬੰਦੀ ਸੀ ਉਹਨੂੰ ਆਪਣੇ ਸਵਾਰਥ ਵਾਸਤੇ ਵਰਤਿਆ ਉਸ ਦੇ ਵਿੱਚ ਹੀ ਬੜੀ ਹੈਰਾਨੀ ਵਾਲੀ ਗੱਲ ਹੁੰਦੀ ਹੈ ਇੰਨੀ ਦੇਰ ਨੂੰ ਜਥੇਦਾਰ ਜਿਹਾ ਬਿਆਨ ਆ ਜਾਂਦਾ ਹੈ ਕਿ ਸ਼੍ਰੋਮਣੀ ਕਾਲਰ ਖਤਰੇ ਦੇ ਵਿੱਚ ਆ ਬੜਾ ਹੈਰਾਨ ਹੋਇਆ ਮੈਂ ਕਿ ਸ਼੍ਰੋਮਣੀ ਕਾਲਰ ਕਦ ਖਤਰੇ ਦੇ ਵਿੱਚ ਹੋ ਸਕਦਾ ਐ ਸ਼ੀਦਾ ਜਿੱਥੇ ਬੰਦੀ ਹੈ ਐ ਸ਼ੀਦਾ ਜਿੱਥੇ ਬੰਦੇ ਨੇ ਆਪਣਾ ਖੂਨ ਡੋਲ ਕੇ ਸ਼੍ਰੋਮਣੀ ਕਾਲਰ ਬਣਾਇਆ ਹੋਇਆ ਹੈ ਕਿ ਸ਼੍ਰੋਮਣੀ ਕਾਲਰ ਵੀ ਕਦੀ ਖਤਰੇ 'ਚ ਹੋ ਸਕਦਾ ਕਦੀ ਨਹੀਂ ਹੋ ਸਕਦਾ ਪਰ ਜਥੇਦਾਰ ਜੀ ਕਿਉਂ ਅੱਜ ਵੀ ਕੁਰੇਜ ਕਰ ਰਹੇ ਆ ਆ ਦੁਨੀਆ ਪਾਰਦਾ ਸਿੱਖ ਇਹ ਮੰਨ ਚੁੱਕਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਹਾਰ ਹੋਈ ਹੈ ਉਹ ਹੋਈ ਹੈ ਬਾਦਲ ਪਰਿਵਾਰ ਕਰਕੇ ਪਰ ਮੈਂ ਸਬਰਨਾ ਅੱਜ ਵੀ ਜਥੇਦਾਰ ਜੀ ਨੂੰ ਐਸੀ ਕਿਹੜੀ ਮਜਬੂਰੀ ਹੈ ਕਿ ਉਹ ਕੈਨ ਦੇ ਵਿੱਚ ਗੁਰੇਜ਼ ਕਰ ਰਿਹਾ ਹੈ ਕਿ ਬਾਦਲ ਪਰਿਵਾਰ ਨੂੰ ਜਿਹੜਾ ਹਟ ਜਾਣਾ ਚਾਹੀਦਾ ਹੈ ਸ਼੍ਰੋਮਣੀ ਅਕਾਲੀ ਦਲ ਤੋਂ ਪਿੱਛੇ ਹੋ ਜਾਣਾ ਚਾਹੀਦਾ ਹੈ ਅਸਤੀਫਾ ਦੇ ਦੇਣਾ ਚਾਹੀਦਾ ਪਰ ਅੱਜ ਵੀ ਉਹ ਇਹ ਗੱਲ ਕਹਿ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਖਤਰੇ ਦੇ ਵਿੱਚ ਹੈਗਾ ਜਥੇਦਾਰ ਜੀ ਤੁਸੀਂ ਮੇਰੇ ਤੋਂ ਬਹੁਤ ਵੱਡੇ ਹੋ ਤੁਸੀਂ ਅਕਾਲ ਤਖਤ ਦੇ ਜਥੇਦਾਰ ਹੋ ਤੁਸੀਂ ਦੁਨੀਆ ਪਾਰਦਾ ਤੋੜਾ ਜਿਹੜਾ ਅਕਾਲ ਤਖਤ ਤੋਂ ਤੁਸੀਂ ਜਿਹੜਾ ਸੰਦੇਸ਼ ਦਿੱਦ ਸਿੱਖ ਬੰਦਾ ਸ਼ਾਇਦ ਮੰਨੂ ਇਹ ਸਮਝਣ ਚ ਕੁਝ ਦਿੱਕਤ ਆ ਰਹੀ ਹੈ ਕਿ ਸ਼ਾਇਦ ਤੁਸੀਂ ਸਿੱਖ ਕੌਮ ਦਾ ਇਤਿਹਾਸ ਹੈ ਉਹ ਸ਼ਾਇਦ ਕਿਥੇ ਭੁੱਲ ਰਹੇ ਹੋ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਸਿੱਖ ਕੌਮ ਵਾਸਤੇ ਆਪਣਾ ਪੂਰਾ ਪਰਿਵਾਰ ਵਾਰ ਦਿੱਤਾ ਸੀਗਾ ਪਰ ਅੱਜ ਤੁਸੀਂ ਇੱਕ ਬਾਦਲ ਪਰਿਵਾਰ ਵਾਸਤੇ ਇਹ ਗੱਲ ਕਹਿ ਰਹੇ ਹੋ ਕਿ ਸ਼੍ਰੋਮਣੀ ਕਾਦਰ ਖਤਰੇ ਵਿੱਚ ਹੈ ਅਕਾਲੀ ਦਲ ਨੂੰ ਇਕੱਠੇ ਹੋਣਾ ਚਾਹੀਦਾ ਮੈਂ ਸੋਚਣਾ ਕਿ ਤੁਸੀਂ ਤਦ ਕਿੱਥੇ ਸੀਗੇ ਜਦ ਬਰਗਾੜੀ ਹੋਈ ਸੀਗੀ ਉੱਥੇ ਗੁਰੂਗ੍ਰੰਥ ਸਾਹਿਬ ਜੀ ਦੀ ਬੇਦਵੀ ਹੋਈ ਸੀਗੀ ਉੱਥੇ ਵੀ ਸਿੰਘ ਸ਼ਹੀਦ ਕੀਤੇ ਗਏ ਸੀਗੇ ਤਾਂ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਇਕੱਠਾ ਕਰਨ ਦੀ yaad ਨਹੀਂ ਆਈ ਕਿਉਂ ਨਹੀਂ ਆਈ ਅੱਜ ਜਦ ਬਾਦਲ ਪਰਿਵਾਰ ਬਾਦਲ ਪਰਿਵਾਰ ਹਾਰ ਗਿਆ ਪਿਓ ਪੁੱਤਰ ਹਾਰ ਗਏ ਤਾਂ ਤੁਹਾਨੂੰ yaad ਆ ਰਹੀ ਸ਼੍ਰੋਮਣੀ ਅਕਾਲੀ ਖਤਰੇ ਚ ਹੈ ਮੈਂ ਤੁਹਾਨੂੰ ਫਿਰ ਕਹਿਣਾ ਚਾਹਾਂਗਾ ਜਥੇਦਾਰ ਜੀ ਤੁਹਾਨੂੰ ਇਸ ਬਿਆਨ ਦੇ ਉੱਤੇ ਸਿਪਕਾਮ ਕੋਲੋਂ ਮਾਫੀ ਮੰਗਣੀ ਚਾਹੀਦੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਮੈਂ ਵੀ ਅਕਾਲੀ ਦਲ ਦੇ ਨਾਲ ਜੁੜਿਆ ਮੈਂ ਪਰ ਬਾਦਲ ਪਰਿਵਾਰ ਦੇ ਨਾਲ ਨਹੀਂ ਜੁੜਿਆ ਮੈਂ ਬਾਦਲ ਪਰਿਵਾਰ ਦੇ ਹਮੇਸ਼ਾ ਖਿਲਾਫ ਹਾਂ ਕਿਉਂ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਨਾਲ ਸਿੱਖ ਕੌਮ ਨੂੰ ਵੀ ਜਿਹੜਾ ਖਤਰਾ ਹੋਇਆ ਹੈ ਸਿੱਖ ਕੌਮ ਦੇ ਜਿਹੜੇ ਮੁੱਦੇ ਅੱਜ ਖਰਾਬ ਹੋਏ ਆ ਉਹ ਬਦਲ ਪਰਿਵਾਰ ਕਰਕੇ ਹੋਇਆ ਚਾਹੇ ਉਹ ਪੰਜਾਬ ਦੇ ਵਿੱਚ ਪੰਜਾਬ ਜਾਣ ਦਾ ਵਾਲਾ ਮੁੱਦਾ ਹੋਵੇ ਸਿੱਖਾਂ ਦੇ ਹੱਥੋਂ ਪੰਜਾਬ ਜਾਣ ਦਾ ਮੁੱਦਾ ਹੋਵੇ ਪੰਜਾਬ ਦੇ ਵਿੱਚ ਸਿੱਖਾਂ ਦਾ ਰਾਜ ਖਤਮ ਹੋਣ ਦਾ ਮੁੱਦਾ ਹੋਵੇ ਉਹ ਸਿਰਫ ਤੇ ਸਿਰਫ ਹੋਇਆ ਬਦਲ ਪਰਿਵਾਰ ਕਰਕੇ ਨਹੀਂ ਤੇ ਸ਼੍ਰੋਮਣੀ ਅਕਾਲੀ ਦਲ ਅੱਗੇ ਐਸਾ ਕੋਈ ਬੰਦਾ ਨਹੀਂ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਹਟਾ ਸਕੇ ਸ਼੍ਰੋਮਣੀ ਕਾਲੀ ਦਲ ਨੂੰ ਹਰਾ ਸਕੇ ਦਿੱthetaar ji ਅੱਜ ਕਾਲੀ ਦਲ ਇਕੱਠਾ ਹੋਣ ਨੂੰ ਬਿਲਕੁਲ ਤਿਆਰ ਹੈ ਹਰ ਇੱਕ ਗੱਠੇਬੰਦੀ ਇਕੱਠੇ ਹੋਣ ਨੂੰ ਤਿਆਰ ਹੈ ਪਰ ਉਹਦੇ ਵਿੱਚ ਜਿਹੜਾ ਇੱਕ ਬਾਦਲ ਪਰਿਵਾਰ ਦਾ ਹੱਥ ਲੱਗਾ ਹੋਇਆ ਹੈ ਨਾ ਸ਼੍ਰੋਮਣੀ ਕਾਇਦਦਲ ਦੇ ਵਿੱਚ ਉਹਨੂੰ ਤੁਹਾਨੂੰ ਹਟਾਉਣਾ ਪਏਗਾ ਉਹ ਹਟਾ ਦੋਗੇ ਉਸ ਦਿਨ ਸ਼੍ਰੋਮਣੀ ਕਾਇਦਦਲ ਬਿਲਕੁਲ ਖੜਾ ਹੋ ਜਾਏਗਾ ਸ਼੍ਰੋਮਣੀ ਕਾਇਦਦਲ ਜਿਹੜੀ ਹੋਂਦ ਨੂੰ ਠੇਸ ਪਹੁੰਚੀ ਹੈ ਬਾਦਲ ਪਰਿਵਾਰ ਕਰਕੇ ਉਹ ਬਿਲਕੁਲ ਖੜੀ ਹੋ ਜਾਏਗੀ ਮੈਂ ਤੁਹਾਨੂੰ ਫਿਰ ਕਵਾਂਗਾ ਕਿ ਤੁਹਾਨੂੰ ਆਪਣੇ ਇਸ ਬਿਆਨ ਤੇ ਇੱਕ ਵਾਰੀ ਫਿਰ ਵਿਚਾਰ ਕਰਨਾ ਚਾਹੀਦਾ ਹੈ ਔਰ ਬਾਦਲ ਪਰਿਵਾਰ ਦਾ ਸੁਖਬੀਰ ਸਿੰਘ ਬਾਦਲ ਹੈ ਪ੍ਰਕਾਸ਼ ਸਿੰਘ ਬਾਦਲ ਹੈ ਉਹਨਾਂ ਨੂੰ ਕਹਿਣਾ ਚਾਹੀਦਾ ਅਕਾਲ ਤੱਕ ਤੱਕ ਖੜੇ ਹੋ ਕੇ ਕਿ ਤੁਸੀਂ ਸ਼੍ਰੋਮਣੀ ਕਾਗਦਲ ਤੋਂ ਪਿੱਛੇ ਹੋਵੋ ਅਸਤੀਫੇ ਦਿਵੋ ਤੁਹਾਡਾ ਸ਼੍ਰੋਮਣੀ ਕਾਗਦਲ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ